ਪਠਾਨਕੋਟ ਵਾਸੀਆਂ ਨੂੰ ਲੋਹੜੀ ਦੀ ਅਤੇ ਮਕਰ ਸੰਕ੍ਰਾਂਤੀ ਦੀ ਬਹੁਤ ਬਹੁਤ ਵਧਾਈ ਅਤੇ ਢੇਰ ਸਾਰੀਆਂ ਸ਼ੁਭਕਾਮਨਾਵਾਂ। ਪਠਾਨਕੋਟ ਦੀ ਇੱਕ ਪ੍ਰਥਾ ਬੜੇ ਲੰਬੇ ਸਮੇਂ ਤੋਂ ਰਹੀ ਹੈ, ਅਸੀਂ ਸਾਰੇ ਤਿਉਹਾਰ ਆਪਸੀ ਭਾਈਚਾਰੇ ਨਾਲ ਔਰ ਮਿਲ ਜੁਲ ਕੇ ਮਨਾਉਂਦੇ ਹਾਂ, ਔਰ ਲੋਹੜੀ ਦਾ ਤਿਉਹਾਰ ਜਿਹੜਾ ਵਾਕਈ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ। ਇਸ ਦਿਨ ਸਭ ਨੂੰ ਮਿਲ ਜੁਲ ਕੇ ਲੋਹੜੀ ਦੀ ਮੁਬਾਰਕ ਦੇਈਏ, ਵਧਾਈ ਦੇਈਏ, ਔਰ ਇੱਕ ਪ੍ਰਣ ਕਰੀਏ ਕਿ ਅਸੀਂ ਆਉਣ ਵਾਲੇ ਸਾਰੇ ਸਮੇਂ ਦੇ ਵਿੱਚ ਆਪਣਾ ਭਾਈਚਾਰਾ ਕਾਇਮ ਰੱਖਾਂਗੇ। ਮੈਂ ਸਾਰੇ ਪਠਾਨਕੋਟ ਵਾਸੀਆਂ ਨੂੰ ਮੁੜ ਤੋਂ ਲੋਹੜੀ ਦੇ ਇਸ ਪਾਵਨ ਪਰਬ 'ਤੇ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ, ਮਕਰ ਸੰਕ੍ਰਾਂਤੀ ਦੇ ਇਸ ਉਤਸਵ 'ਤੇ ਵਧਾਈ ਦਿੰਦਾ, ਔਰ ਮੈਂ ਆਸ ਕਰਦਾ ਕਿ ਭਾਈਚਾਰੇ ਦੀ ਆਪਸੀ ਸਦਭਾਵਨਾ ਦੀ ਇਹ ਜਿਹੜੀ ਪ੍ਰਥਾ ਪਠਾਨਕੋਟ ਦੇ ਅੰਦਰ ਹੈ, ਇਹ ਸਦਾ ਆਉਣ ਵਾਲੇ ਸਮੇਂ ਦੇ ਅੰਦਰ ਕਾਇਮ ਰਹੇਗੀ। ਇੱਕ ਵਾਰੀ ਮੁੜ ਤੋਂ ਸਭ ਨੂੰ ਪੂਰੇ ਇਲਾਕਾ ਵਾਸੀਆਂ ਨੂੰ ਲੋਹੜੀ ਦੀ ਅਤੇ ਮਕਰ ਸੰਕ੍ਰਾਂਤੀ ਦੀ ਬਹੁਤ ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ।